ਮੈਂ ਤੁਹਾਡੇ ਨਾਲ ਹੀ ਆ, ਮੈਂ ਕਿਹੜਾ ਦੂਰ ਆਂ। ਨਿਊਜ਼ ਡੇਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨੀਰਜ ਬਾਲੀ, ਇਸ ਵੇਲੇ ਅਸੀਂ ਮੌਜੂਦ ਹੈਗੇ ਹਾਂ ਸ਼ੰਭੂ ਬਾਰਡਰ 'ਤੇ, ਔਰ ਸਾਡੇ ਨਾਲ ਇਸ ਵੇਲੇ ਗੱਲ ਕਰਨ ਵਾਸਤੇ ਮੌਜੂਦ ਨੇ ਕੁਝ ਨਿਹੰਗ ਸਿੰਘ, ਜੋ ਕਿ ਇਸ ਵੇਲੇ ਦਿੱਲੀ ਕੂਚ ਵਾਸਤੇ ਤਿਆਰੀ ਦੇ ਲਈ ਆਏ ਹੋਏ ਨੇ। ਹਮਾਰੇ ਸਾਥ ਦਿੱਲੀ ਕਿਆ ਕਰ ਰਹੀ ਹੈ, ਪਹਿਲ ਕਰ ਰਹੀ ਹੈ, ਬੜੇ ਚੇਹ ਦੀ ਮਿੰਤਾਂ ਕਰ ਰਹੇ ਹੈ। ਰੁਕ ਜਾਓ ਨਹੀਂ ਰੁਕਣਡਾ, ਜੇ ਸਾਡੀ ਵਾਰੀ ਆ ਗਈ ਤਾਂ ਮੈਂ ਭੱਜਣ ਰਾਹ ਨਹੀਂ ਮਿਲਣਾ। ਅਸੀਂ ਹਜੇ ਵੀ ਕਹਿੰਦੇ ਹਾਂ ਮਾਨ ਸਿੰਘ ਨੇ ਧਰਨਾ ਲਾਉਣ ਆਇਆ, ਸਾਨੂੰ ਜੋ ਕੰਮ ਅਸੀਂ ਕਰਨਾ ਹੈ ਸਾਨੂੰ ਸਾਡਾ ਵਾਲਾ ਕੰਮ ਕਰਨ ਦਿਓ। ਜੇ ਸਾਨੂੰ ਤੁਸੀਂ ਜ਼ਿਆਦਾ ਛੇੜੋਗੇ ਤਾਂ ਅਸੀਂ ਅੱਗੇ ਲੱਗ ਕੇ ਅਸੀਂ ਫਿਰ ਭਜਾਵਾਂਗੇ ਤਾਂ ਭੱਜਣ ਰਾਹ ਨਹੀਂ ਮਿਲਣਾ ਇਹਨਾਂ ਨੂੰ। ਅਸੀਂ ਤਾਂ ਇਹਨਾਂ ਨੂੰ ਕਹਿੰਦੇ ਟਿਕ ਜਾਓ, ਇਹ ਨਹੀਂ ਡਿਗਣਡਾ, ਇਹ ਆਪਦੀਆਂ ਹਫ਼ਤੇ ਦੇ ਦਾਣ ਬਾਜ਼ ਨਹੀਂ ਆਉਂਦੇ ਪਏ। ਮੁੜ ਕੇ ਫਿਰ ਕਹਿਣਗੇ ਕੇਂਦਰ ਸਰਕਾਰ ਕਹੇਗੀ ਇਹਨਾਂ ਨੇ ਵਾਅਦਾ ਕੀਤਾ ਕਾਨੂੰਨ ਤੋੜਿਆ, ਕਾਨੂੰਨ ਤੋੜਨਾ ਨਹੀਂ ਅੱਗੋ ਦੱਸ ਨੂੰ ਗੋਲੇ ਮਾਰੀ ਆਉਂਦੇ। ਆਹ ਦੱਸੋ ਆਹ ਕੀ ਹਾਲ ਬਣਿਆ ਪਿਆ ਇਹਨਾਂ ਦਾ, ਹੈ ਬੰਦੇ ਸਾਡੇ ਜ਼ਖਮੀ ਕਰ ਕਰ ਸੱਟੀ ਆਉਂਦੇ ਆ, ਇਹਨਾਂ ਨੂੰ ਭੋਰਾ ਸ਼ਰਮ ਨਹੀਂ ਆ ਗਈ ਇਹਨਾਂ ਨੂੰ। ਅਸੀਂ ਆਪਦੀ ਹੁਣ ਦੀ ਲੜਾਈ ਲੜਨੀ ਹੈ। ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਆ ਵੇਖੋ ਹਮਲੇ, ਉਹਨਾਂ ਸਰਕਾਰਾਂ ਦੇ ਹਮਲੇ, ਜਦੋਂ ਅਸੀਂ ਨੇ ਵਾਅਦਾ ਕੀਤਾ ਫਿਰ ਕਹਿਣਾ ਇਹ ਖਾਲਿਸਤਾਨੀ ਆ, ਅੱਜ ਉਹ ਕਰਨ ਡੇ, ਅੱਜ ਉਹਨਾਂ ਦਾ ਕੋਈ ਚੱਕਰ ਨਹੀਂ। ਵੇਖੋ ਕੀ ਉਹ ਛੱਡਿਆ ਦਾ ਕੀ ਹਾਲ ਕੀਤਾ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹੋ ਜਿਹੇ ਮਾਹੌਲ ਦੇ ਵਿੱਚ ਵੀ ਕਵਰਿੰਗ ਕਰ ਰਹੇ ਹੋ, ਬਹੁਤ ਬਹੁਤ ਜੁਝਾਰੂ ਪੱਤਰਕਾਰ ਹੋ ਤੁਸੀਂ, ਤੁਹਾਡੇ ਵਰਗੇ ਹੀ ਪੱਤਰਕਾਰਾਂ ਦੀ ਜ਼ਰੂਰਤ ਚਾਹੀਦੀ ਆ। ਪੂਰਾ ਬਾਰਡਰ 'ਤੇ ਖੜੇ ਹੋ ਤੁਸੀਂ, ਧੰਨਵਾਦ ਜੀ। ਆਹ ਦੇਖੋ ਇੱਥੇ ਗਿਰਿਆ, ਉਸੇ ਸਮੇਂ ਸਾਰੇ ਸਿੰਘਾਂ ਨੇ ਇਸ ਨੂੰ ਦੱਬਿਆ, ਸਾਰਿਆਂ ਦੇ ਕੋਲ ਹੱਥ ਆਪਣੇ ਬੋਰੇ ਰੱਖੇ ਹੋਏ ਨੇ। ਨਾਲ ਲਾ ਕੇ ਲੱਗਾਂਗੇ ਤੇ ਉਹਨਾਂ ਨੂੰ ਖਿਆਈ ਆਵੇਗੀ। ਕਿਹੜੀ ਡੈਮੋਕ੍ਰੇਸੀ ਆ ਜਿਹੜਾ ਮੋਦੀ ਰੋਜ਼ ਖਲੋ ਕੇ ਕਹਿੰਦਾ ਮੇਰੇ ਦੇਸ਼ 'ਚ ਸੰਵਿਧਾਨ ਆ, ਮੈਂ ਡੈਮੋਕ੍ਰੇਸੀ 'ਚ ਆ, ਕਿਹੜੀ ਡੈਮੋਕ੍ਰੇਸੀ ਆ, ਵਾ ਕਿਸਾਨ ਆਇਆ, ਮੈਂ ਅਨਾਜ ਪੈਦਾ ਕਰਕੇ ਦਿੰਦੇ ਆ ਦੇਸ਼ ਨੂੰ ਪੂਰੇ ਨੂੰ, ਇਹਨਾਂ ਦੇ ਬੱਚੇ ਖਾਂਦੇ ਵੀ ਖਾਂਦੇ ਆ, ਸ਼ਰਮ ਆਉਣੀ ਚਾਹੀਦੀ ਸਰਕਾਰ ਨੂੰ। ਇਹਦੇ ਵਿੱਚ ਖੱਟਰ ਸਰਕਾਰ ਦੇ ਵੇਖੋ ਕਿ ਇਹਦੇ ਵਿੱਚ ਹਮਲੇ ਕੀਤੇ ਜਾ ਰਹੇ ਆ, 315 ਦੇ ਰੌਂਦ ਲੱਗੇ ਹੋਏ ਆ ਕਿਸਾਨਾਂ ਨੂੰ, 30-40-50 ਕਿਸਾਨ ਸਾਡੇ ਜ਼ਖਮੀ ਕਰਤੇ, ਮੁੰਡੇ ਕੇ ਦਾ ਸਿਰ ਪਾੜ ਗਿਆ, ਕਦੀ ਲੱਤ ਪਾੜ ਗਈ, ਗੋਲੀਆਂ ਵੀ ਚੱਲੀਆਂ, ਗੋਲੀਆਂ ਅਸਲੀ ਚੱਲੀਆਂ। ਇੱਕ ਮਿੰਟ ਗੱਲ ਕਰੋ ਯਾਰ, ਪੱਤਰਕਾਰਾਂ ਨੂੰ ਅਸੀਂ ਦਿੱਤੀਆਂ ਵਾ, ਉਹ ਹੁਣ ਸਰਕਾਰ ਦੱਸੇ ਵੀ ਉਹ ਇਹਨਾਂ RSS ਦੀਆਂ ਕਿ ਸਰਕਾਰ ਦੀਆਂ ਵਾ, ਸਾਨੂੰ ਇਹ ਵੀ ਪਤਾ ਵਾ ਵੀ ਸਰਕਾਰ RSS ਦੇ ਵਿੱਚ ਬੰਦੇ ਆ। ਇਹਦੇ ਅੰਗੂਠੇ ਜਾ ਵੱਜੀ ਜੀ, ਆਹ ਵੱਜੀ ਆ ਮੁੰਡੇ, ਆਹ ਵੇਖੋ ਇੱਕ ਆਹ ਛੋਟੀਆਂ, ਇਹ ਪਲਾਸਟਿਕ ਦੀਆਂ ਦੂਜੀਆਂ ਵੱਖਰੀਆਂ। ਇਹ ਜਿਹੜੀ ਗੋਲੀ ਏਡੇ ਜ਼ਬਰਦਸਤ ਵੱਜਦੀ ਹੈ ਸਰਕਾਰ, ਇਹ ਅਸਲੀ ਨਾਲੋਂ ਵੀ ਜ਼ਿਆਦਾ ਜ਼ਬਰਦਸਤ ਵੱਜਦੀ ਹੈ ਗੋਲੀ। ਕਿੰਨੇ ਜ਼ਖਮੀ ਆ, ਆਹ ਵੇਖ ਬਜ਼ੁਰਗ ਜ਼ਖਮੀ ਆ, ਕੁਛ ਲਗਾਉਣਾ ਸੀਗਾ, ਮਰਮ ਪੱਟੀ ਕਰਨਾ ਸੀ, ਨਹੀਂ ਲਗਾਇਆ ਜੀ।
ਮੈਂ ਤੁਹਾਡੇ ਨਾਲ ਹੀ ਆ, ਮੈਂ ਕਿਹੜਾ ਦੂਰ ਆ। ਕਿਸਾਨ ਗਾਲੀ ਪਏ ਤੇ ਫਿਰ ਕਿਹੜਾ ਕਿਸਾਨਾਂ ਵਾਅਦਾ ਕੀਤਾ, ਪਰ ਇਹ ਕਿੰਨਾ ਚਿਰ ਜਰਨਗੇ, ਕਿੰਨਾ ਚਿਰ ਇਹ ਚੀਜ਼ਾਂ ਜਰਨਗੇ, ਤੇ ਬਹੁਤਾ ਚਿਰ ਜਦੋਂ ਵਾਲੀ ਕੌਮ ਨਹੀਂ ਹੈ। ਉਹ ਬਾਈ ਆਪਾਂ ਤੁਸੀਂ ਬੋਲਿਆ ਬੜੋ ਭਾਈ ਜੀ, ਬੋਲਿਆ ਬੜੋ ਸਾਰੇ ਨਮਕ ਛੱਕ ਲਓ ਜੀ, ਸੈੱਟ ਹੋ ਜਾਏਗਾ ਜੀ। ਔਰ ਜਿਸ ਤਰ੍ਹਾਂ ਦੇ ਨਾਲ ਹੱਥੋਂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ, ਉਹ ਇੱਥੇ ਮੌਜੂਦ ਹਰ ਇੱਕ ਇਨਸਾਨ ਦੀ ਅੱਖਾਂ ਦੇ ਵਿੱਚ ਪੈ ਰਹੇ ਨੇ, ਕਿਉਂਕਿ ਹੱਥੋਂ ਗੈਸ ਇਹ ਨਹੀਂ ਦੇਖਦਾ ਕਿ ਉਹ ਪੱਤਰਕਾਰ ਹੈ ਜਾਂ ਕਿਸਾਨ ਹੈ ਜਾਂ ਕੋਈ ਪੁਲਿਸ ਵਾਲਾ ਹੈਗਾ। ਸੋ ਅਜਿਹੀ ਸਥਿਤੀ ਇੱਥੇ ਬਣੀ ਹੋਈ ਹੈਗੀ ਆ, ਔਰ ਕਿਸਾਨ ਟਫ ਤੋਂ ਮਸ ਹੋਣ ਦੇ ਲਈ ਤਿਆਰ ਨਹੀਂ ਹੈਗੇ। ਕਿਸਾਨਾਂ ਦਾ ਸਾਫ਼ ਤੌਰ 'ਤੇ ਕਹਿਣਾ ਹੈਗਾ ਕਿ ਉਹਨਾਂ ਨੇ ਪਿੱਛੇ ਨਹੀਂ ਹਟਣਾ, ਔਰ ਜਿਵੇਂ ਕਿ ਅਸੀਂ ਤੁਹਾਨੂੰ ਕੁਝ ਕਿਸਾਨ ਵੀਰਾਂ ਦੇ ਨਾਲ ਗੱਲਬਾਤ ਕਰਵਾਈ ਹੈ, ਪੰਜਾਬੀਆਂ ਦੇ ਨਾਲ ਗੱਲਬਾਤ ਕਰਵਾਈ ਹੈ, ਔਰ ਉਹਨਾਂ ਨੇ ਸਾਫ਼ ਤੌਰ 'ਤੇ ਆਪਣਾ ਗੁੱਸਾ, ਆਪਣਾ ਰੋਸ ਜਿਹੜਾ ਹੈਗਾ ਉਹ ਜ਼ਾਹਿਰ ਕੀਤਾ। ਔਰ ਤਮਾਮ ਇੱਥੇ ਗੱਡੀਆਂ ਵੀ ਆ ਰਹੀਆਂ ਹੈਗੀਆਂ, ਅੱਖਾਂ ਦੇ ਵਿੱਚ ਵੀ ਪੂਰਾ ਪਾਣੀ ਹੈ, ਅੱਥਰੂ ਹੈ, ਇਹ ਅੱਥਰੂ ਗੈਸ ਦੇ ਗੋਲਿਆਂ ਦੀ ਵਜ੍ਹਾ ਦੇ ਨਾਲ ਹੈਗਾ, ਔਰ ਉਸਦੀ ਵਜ੍ਹਾ ਨਾਲ ਨਮਕ ਦੇ ਰਹੇ ਨੇ ਕਿ ਗਲਾ ਤਰਲ ਰਹੇ। ਇਹ ਨਮਕ ਜਿਹੜਾ ਹੈਗਾ ਆ ਇਹ ਨਾਲ ਦਿੰਦੇ ਹੈਗੇ ਨੇ। ਇਸ ਲਈ ਨਿਊਜ਼ ਡੇਟ ਲਾਈਨ ਜਿਹੜਾ ਪੰਜਾਬ ਪਹੁੰਚਿਆ ਹੋਇਆ ਹੈਗਾ ਆ, ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ। ਇਸ ਵੇਲੇ ਥੋੜ੍ਹੀ ਗੈਸ ਵੀ ਹੈਗੀ ਆ, ਹੰਝੂ ਗੈਸ, ਔਰ ਬੋਲ ਵੀ ਨਹੀਂ ਪਾ ਰਹੇ। ਦੇਖੋ ਕਿਸ ਤਰ੍ਹਾਂ ਦੇ ਨਾਲ ਜਿਵੇਂ ਹੀ ਹੰਝੂ ਗੈਸ ਦੇ ਗੋਲੇ ਜਿਹੜੇ ਨੇ ਉਹ ਸੁੱਟੇ ਜਾਂਦੇ ਨੇ, ਉਸੇ ਵੇਲੇ ਗਿੱਲੀਆਂ ਬੋਰੀਆਂ ਜਿਹੜੀਆਂ ਪਾਣੀ ਦੀਆਂ ਉਹ ਪਾ ਦਿੱਤੀਆਂ ਜਾਂਦੀਆਂ ਨੇ। ਦਿੱਲੀ ਕਿਆ ਕਰ ਰਹੀ ਹੈ ਹਮਾਰੇ ਸਾਥ।